ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਤੁਹਾਡੇ? ਆਈ ਹੋਪ ਹਮੇਸ਼ਾ ਵਾਂਗ ਅੱਜ ਵੀ ਵਧੀਆ ਹੋਵੋਗੇ। ਮਤਲਬ ਜੀ, ਤੁਹਾਡਾ ਸਵਾਗਤ ਹੈ ਥੋਟਸ ਸੀਜ਼ਨ ਦੇ ਦੂਜੇ ਐਪੀਸੋਡ 'ਚ ਅੱਜ। ਔਰ ਜੋ ਫਸਟ ਟਾਈਮ ਮੈਨੂੰ ਜੁਆਇਨ ਕਰ ਰਹੇ ਹਾਂ ਇਸ ਚੀਜ਼ ਲਈ, ਉਹਨਾਂ ਨੂੰ ਮੈਂ ਦੁਬਾਰਾ ਫੇਰ ਦੱਸਣਾ ਚਾਹੂੰਗਾ ਕਿ ਇਹ ਕੀ ਚੀਜ਼ ਆ। ਪਹਿਲੇ ਮੈਂ ਇੱਕ ਆਪਣੇ ਡੇਲੀ ਵਲੋਗਸ ਜੋ ਮੈਂ ਕਰਦਾ, ਠੀਕ ਆ, ਔਰ ਲਾਈਵ ਸੈਸ਼ਨ ਵੀ ਕਰਦਾ, ਉਹਦੇ ਨਾਲ ਨਾਲ ਇੱਕ ਸੀਜ਼ਨ ਤੋਂ ਰਿਹਾ ਵਾ ਥੋਟਸ ਦੇ ਨਾਮ 'ਤੇ, ਜਿਸ 'ਚ ਕਿ ਮੈਂ ਕਿਸੇ ਪਰਟੀਕੁਲਰ ਟੋਪਿਕ ਦੇ ਉੱਤੇ ਆਪਣੇ ਥੋਟਸ ਰੱਖਦਾ ਕਿ ਮੈਂ ਉਸ ਬਾਰੇ ਕੀ ਸੋਚਦਾ, ਠੀਕ ਆ ਜੀ। ਔਰ ਉਸ ਤੋਂ ਬਾਅਦ ਫਿਰ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਥੋਟਸ ਮੇਰੇ ਨਾਲ ਸ਼ੇਅਰ ਕਰਦੇ ਹੋ। ਅਗਰ ਐਗਰੀ ਹੁੰਦੇ ਹੋ ਤਾਂ ਥੰਬਸ ਅਪ ਕਰਦੇ ਹੋ, ਅਗਰ ਨਹੀਂ ਐਗਰੀ ਹੁੰਦੇ ਤਾਂ ਪੋਜ਼ਿਟਿਵ, ਹੈ ਨਾ, ਇੱਕ ਫੀਡਬੈਕ ਹੁੰਦੀ ਹੈ ਜਾਂ ਕੋਈ ਮਤਲਬ ਕ੍ਰਿਟੀਸਿਜ਼ਮ ਹੁੰਦਾ ਕੋਈ ਵੀ ਆ ਉਹ ਦਿੰਦੇ ਹੋ, ਤਾਂ ਕਿ ਮੈਂ ਇੰਪਰੂਵ ਕਰ ਸਕਾਂ ਅਗਰ ਮੈਨੂੰ ਉਹ ਚੀਜ਼ ਠੀਕ ਲੱਗਦੀ ਹੈ। ਸੋ ਤਾਂ ਕਿ ਇੱਕ ਵਿਨ ਵਿਨ ਸਿਚੁਏਸ਼ਨ ਹੋ ਜਾਵੇ, ਆਪਾਂ ਦੋਨੋਂ ਜਾਣੇ, ਤੁਸੀਂ ਵੀ ਜੋ ਦੇਖ ਰਹੇ ਹੋ ਅਤੇ ਮੈਂ ਵੀ ਇੰਪਰੂਵ ਕਰੀਏ, ਰਾਈਟ। ਸੋ ਲਾਸਟ ਟੋਪਿਕ ਸੀਗਾ ਮੇਰਾ ਬੀ ਰਿਸਪੋਂਸੀਬਲ, ਠੀਕ ਆ। ਜਿਸਨੇ ਨਹੀਂ ਦੇਖਿਆ ਉਸਦਾ ਲਿੰਕ ਕਿਤੇ ਆ ਰਿਹਾ ਹੋਊਗਾ ਇੱਧਰ ਇੱਧਰ, ਜਾਂ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਉਹ ਦੁਬਾਰਾ ਜਾ ਕੇ ਤੁਸੀਂ ਉਹ ਵੀ ਦੇਖ ਸਕਦੇ ਹੋ। ਅੱਜ ਦਾ ਜਿਹੜਾ ਟੋਪਿਕ ਆ ਇਹ, ਵੈਸੇ ਮੈਂ ਸਟਾਰਟ ਕਰਨ ਤੋਂ ਪਹਿਲਾਂ ਦੱਸ ਦਵਾਂ ਕਿ ਦੋ ਟੋਪਿਕ ਸੀਗੇ ਜਿਸ 'ਤੇ ਮੈਨੂੰ ਸੀਗਾ ਕਿ ਮੈਂ ਇਹ ਵੀਡੀਓ ਬਣਾਊਂਗਾ। ਪਹਿਲਾ ਸੀਗਾ ਐਵਰੀ ਸਿੰਗਲ ਡੋਲਰ ਮੈਟਰ, ਔਰ ਦੂਜਾ ਸੀਗਾ ਫਰੈਂਡਸ਼ਿਪ, ਲਵ ਐਂਡ ਲਾਈਫ ਗੋਲਸ, ਜਿਸ 'ਤੇ ਕਿ ਮੈਂ ਬਣਾਉਣੀ ਚਾਹੁੰਦਾ ਸੀਗਾ, ਬਟ ਵੋਟਸ ਸਾਰਿਆਂ ਦੀਆਂ ਇਸ ਤਰਫ ਆਈਆਂ। ਸੋ ਅੱਜ ਆਪਾਂ ਬਣਾਵਾਂਗੇ ਐਵਰੀ ਸਿੰਗਲ ਡੋਲਰ ਮੈਟਰ, ਉਸ 'ਤੇ ਵੀਡੀਓ, ਠੀਕ ਆ ਜੀ। ਔਰ ਜਿੱਦਾਂ ਮੈਂ ਕਹਿੰਦਾ ਹੁੰਦਾ ਆਪਣੀ ਲਾਸਟ ਵੀਡੀਓ 'ਚ ਕਿ ਮੇਰੇ ਟੋਪਿਕ ਦਾ ਜਸਟ ਮੈਂ ਉੱਦਾਂ ਨਾਮ ਰੱਖ ਲੈਂਦਾ ਹੁੰਦਾ, ਥੋੜ੍ਹਾ ਜ਼ਰੂਰੀ ਨਹੀਂ ਕਿ ਸਾਰਾ ਮੇਰੇ ਪੂਰੀ ਵੀਡੀਓ ਉਹਦੇ ਰਿਲੇਟਡ ਹੀ ਜਾਊਗੀ, ਪਰ ਇੱਕ ਟੋਪਿਕ ਹੁੰਦਾ ਕਿ ਆਪਾਂ ਕਹਿ ਸਕਦੇ ਹਾਂ ਕਿ ਹਾਂ ਉਹਦੇ ਰਿਲੇਟਡ ਮੈਂ ਚੀਜ਼ਾਂ ਦੱਸੂਗਾ ਆਪਣੇ ਨਾਲ, ਕਿਉਂਕਿ ਥੋਟਸ ਇਹ ਸਾਰੀ ਵੀਡੀਓ ਮੈਂ ਰੋ ਰੱਖਦਾ, ਇਸ 'ਚ ਕੋਈ ਕਟਿੰਗ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦੀ। ਸੋ ਕਈ ਵਾਰ ਆਫ ਟੋਪਿਕ ਥੋੜ੍ਹਾ ਬਹੁਤਾ ਚਲੇ ਜਾਂਦਾ ਕਿਉਂਕਿ ਸਿੱਖ ਰਹੇ ਹਾਂ ਚੀਜ਼, ਸੋ ਉਸ ਲਈ ਮਾਫੀ ਆ। ਔਰ ਇੱਕ ਹੋਰ ਚੀਜ਼ ਜਿਹੜੀ ਮੈਂ ਕਹੂੰਗਾ ਵੀਡੀਓ ਦੇ ਮੂਹਰੇ, ਜਾਂ ਮੈਂ ਕਹਿੰਦਾ ਵੀ ਹੈ ਕਿ ਮੈਂ ਨਹੀਂ ਕਹਿੰਦਾ ਕਿ ਮੈਨੂੰ ਹੀ ਸਾਰੀ ਨੌਲੇਜ ਆ, ਔਰ ਜਾਂ ਮੈਨੂੰ ਹੀ ਪਤਾ, ਮੈਂ 100% ਗਲਤ ਵੀ ਹੋ ਸਕਦਾ, ਮੈਂ 50% ਗਲਤ ਹੋ ਸਕਦਾ, ਮੈਂ 50% ਠੀਕ ਵੀ ਹੋ ਸਕਦਾ, ਮੈਂ 100% ਠੀਕ ਵੀ ਹੋ ਸਕਦਾ। ਸੋ ਇਟਸ ਜਸਟ ਕਿ ਮੇਰੇ ਥੋਟਸ ਨੇ, ਮੈਂ ਕਹਿ ਨਹੀਂ ਰਿਹਾ ਕਿ ਤੁਸੀਂ ਇਹ ਚੀਜ਼ਾਂ ਅਸੈਪਟ ਕਰੋ ਜਾਂ ਇੱਦਾਂ ਹੀ ਕਰੋ, ਤੁਹਾਡੀ ਆਪਣੀ ਲਾਈਫ ਆ, ਤੁਸੀਂ ਜਿੱਦਾਂ ਚਾਹੋ ਉੱਦਾਂ ਕਰ ਸਕਦੇ ਹੋ। ਬਟ ਹਾਂ, ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਜ਼ਰੂਰ, ਅਗਰ ਨਹੀਂ ਆਉਂਦੀ ਤਾਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਫਿਰ ਮੈਨੂੰ ਦੱਸੋ ਕਿ ਮੈਂ ਕੁਛ ਸਿੱਖ ਪਾਵਾਂ, ਰਾਈਟ। ਸੋ ਇਟਸ ਜਸਟ ਮਾਈ ਥੋਟਸ, ਮੈਂ ਕਿਸੇ ਪਰਸਨ ਨੂੰ, ਕਿਸੇ ਰਿਲੀਜਨ ਨੂੰ, ਕਿਸੇ ਰੇਸ ਨੂੰ, ਕਿਸੇ ਸਪੈਸੀਫਿਕ ਕੈਟਾਗਰੀ ਨੂੰ ਮੈਂ ਕੋਈ ਲੈਣਾ ਦੇਣਾ ਨਹੀਂ ਹੈ, ਜਸਟ ਮੇਰੇ ਆਪਣੇ ਥੋਟਸ ਨੇ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਮੈਂ ਲਾਸਟ ਟਾਈਮ, ਮੈਨੂੰ ਕਿਸੇ ਨੇ ਸੁਜੈਸ਼ਨ ਦਿੱਤਾ ਸੀਗਾ ਕਿ ਨੋਟਸ ਬਣਾ ਲਿਆ ਕਰੋ, ਸੋ ਮੈਂ 5-4 ਪੁਆਇੰਟ ਜੇ ਬਣਾਏ ਜਿਸ 'ਤੇ ਕਿ ਮੈਂ ਟਰਾਈ ਕਰੂੰਗਾ, ਮੈਂ ਉਹਨਾਂ ਪਰ ਰਹਾਂ। ਸੋ ਐਵਰੀ ਸਿੰਗਲ ਡੋਲਰ ਮੈਟਰ, ਇਹਦਾ ਮਤਲਬ ਕੀ ਹੈ ਪਹਿਲੀ ਗੱਲ ਦਾ ਟੋਪਿਕ ਦਾ? ਵੈਲ, ਇਸ ਵੀਡੀਓ 'ਚ ਮੈਂ ਕਵਰ ਕਰਨਾ ਚਾਹੂੰਗਾ ਫਾਈਨੈਂਸ ਰਿਲੇਟਡ ਚੀਜ਼ਾਂ, ਮਤਲਬ ਮਨੀ ਰਿਲੇਟਡ, ਠੀਕ ਆ। ਕੁਝ ਵੀ ਹੋ ਸਕਦੀ ਆ, ਤੁਹਾਡੀ ਗਰੋਸਰੀ ਤੋਂ ਲੈ ਕੇ ਤੁਸੀਂ ਗੱਡੀ ਲੈਣੀ ਆ, ਤੁਸੀਂ ਘਰ ਲੈਣਾ, ਉਸ ਚੀਜ਼ਾਂ ਨੂੰ ਲੈ ਕੇ, ਸਪੈਸ਼ਲੀ ਜੇ ਸਟੂਡੈਂਟ ਉਰੇ ਨਵਾਂ ਆਉਂਦਾ। ਔਰ ਈਵਨ ਇਕੱਲੇ ਇੰਟਰਨੈਸ਼ਨਲ ਸਟੂਡੈਂਟਸ ਲਈ ਨਹੀਂ ਹੈਗੀ ਕਿ ਉਰੇ ਆ ਕੇ, ਹੈ ਨਾ, ਕਿ ਉਹਨਾਂ ਲਈ ਉਹ ਵੀਡੀਓ ਹੈ, ਇਨ ਜਨਰਲ ਵੀ ਤੁਹਾਡੇ ਕੰਮ ਆ ਸਕਦੀ ਹੈ ਵੀਡੀਓ ਮੇਰੇ ਖਿਆਲ 'ਚ, ਰਾਈਟ। ਬਾਕੀ ਟਰਾਈ ਕਰੂੰਗਾ ਮੈਂ ਬਹੁਤਾ ਜ਼ਿਆਦਾ ਲੰਬੀ ਨਾ ਲੈ ਕੇ ਜਾਵਾਂ, ਬਟ ਚਲੋ ਐਨੀਵੇ। ਸੋ ਸਭ ਤੋਂ ਪਹਿਲਾਂ ਮੈਂ ਪੁਆਇੰਟ ਲਿਖਿਆ ਵਾ ਕਿ ਫਾਈਨੈਂਸ ਇਨ ਜਨਰਲ ਔਰ ਕਿਉਂ ਇਹ ਜ਼ਰੂਰੀ ਆ, ਰਾਈਟ। ਤਾਂ ਯਾਰ ਹੁਣ ਅਗਰ ਤੁਸੀਂ ਫਾਈਨੈਂਸ ਦਾ ਮਤਲਬ, ਮੇਰਾ ਇੱਥੇ ਵੀਡੀਓ ਦਾ ਮਤਲਬ ਇਹ ਹੈ ਕਿ ਤੁਸੀਂ ਮੈਨੇਜ ਕਿਵੇਂ ਕਰਦੇ ਹੋ ਆਪਣੀ ਮਨੀ ਨੂੰ, ਠੀਕ ਆ। ਹੁਣ ਤੁਸੀਂ, ਮੈਂ ਇੰਟਰਨੈਸ਼ਨਲ ਸਟੂਡੈਂਟ ਦੇ ਬਿਹਾਫ 'ਤੇ ਗੱਲ ਕਰੂੰਗਾ, ਬਟ ਤੁਸੀਂ ਆਪਣਾ ਉਸ ਹਿਸਾਬ ਨਾਲ ਵੀਡੀਓ ਨੂੰ ਆਪਣੇ ਅਕੋਰਡਿੰਗ ਲੈ ਸਕਦੇ ਹੋ ਕਿ ਆਪਾਂ ਹੁਣ ਸਟੂਡੈਂਟ ਆਉਂਦੇ ਹਾਂ, ਅਗਰ ਆਪਣਾ ਕੋਈ ਕੰਟਰੋਲ ਹੀ ਨਹੀਂ ਹੈ ਮਨੀ 'ਤੇ, ਤਾਂ ਆਪਾਂ ਜ਼ਿਆਦਾ ਟਾਈਮ ਨਹੀਂ ਸਰਵਾਈਵ ਕਰ ਪਾਵਾਂਗੇ, ਨੋ ਮੈਟਰ ਤੁਸੀਂ ਕਿੰਨਾ ਕਮਾ ਰਹੇ ਹੋ, ਰਾਈਟ। ਕਿਉਂਕਿ ਓਫਨਲੀ ਕਿਹਾ ਜਾਂਦਾ ਕਿ, ਹੈ ਨਾ, ਆਪਾਂ ਸੁਣਦੇ ਹਾਂ ਕਿ ਇਹ ਨਹੀਂ ਹੁੰਦਾ ਕਿ ਤੁਸੀਂ ਕਿੰਨਾ ਕਮਾ ਰਹੇ ਹੋ, ਇਹ ਹੁੰਦਾ ਕਿ ਤੁਸੀਂ ਕਿੰਨਾ ਸੇਵ ਕਰ ਰਹੇ ਹੋ, ਰਾਈਟ। ਸੋ ਉਹ ਚੀਜ਼ ਆ ਕਿ ਜਿੰਨਾ ਮਰਜ਼ੀ ਕਮਾ ਲਓ, ਇੱਕ ਬੰਦਾ ਜੋ ਮਹੀਨੇ ਦਾ GEC ਪਰ ਵੀ ਰਹਿ ਰਿਹਾ, ਅਗਰ ਉਹਨੂੰ ਵਧੀਆ ਮਨੀ ਮੈਨੇਜਮੈਂਟ ਆਉਂਦੀ, ਉੱਥੋਂ ਤੋਂ ਬੈਟਰ ਸਰਵਾਈਵ ਕਰ ਸਕਦਾ। ਦੂਜੀ ਸਾਈਡ, ਅਗਰ ਤੁਸੀਂ ਕੰਮ ਕੁੰਮ ਕਰਕੇ ਵੀ $2,000 ਤੱਕ ਵੀ ਡੋਲਰ ਕਮਾ ਰਹੇ ਹੋ, ਤੁਹਾਨੂੰ ਬਿਲਕੁਲ ਨਹੀਂ ਪਤਾ ਕਿ ਮਨੀ ਮੈਨੇਜਮੈਂਟ ਕੀ ਹੁੰਦੀ ਆ, ਤਾਂ ਤੁਸੀਂ ਉਹਦੇ ਬਰਾਬਰ ਹੀ ਔਖੇ ਰਹੋਗੇ, ਠੀਕ ਆ। ਔਰ ਈਵਨ ਉਹ ਅਗਰ ਉਹਨੂੰ ਪਤਾ ਤਾਂ ਉਹ ਜ਼ਿਆਦਾ ਬੈਟਰ ਰਹਿ ਸਕਦਾ ਤੁਹਾਡੇ ਤੋਂ, ਰਾਈਟ। ਸੋ ਮਤਲਬ ਫਾਈਨੈਂਸ ਇਨ ਜਨਰਲ ਤੋਂ ਮੇਰਾ ਇਹ ਮਤਲਬ ਆ ਕਿ ਆਪਾਂ ਕਿੱਦਾਂ ਮੈਨੇਜ ਕਰਨੀਆਂ ਚੀਜ਼ਾਂ ਨੇ, ਔਰ ਇੰਪੋਰਟੈਂਟ ਕਿਉਂ ਆ, ਜਿੱਦਾਂ ਮੈਂ ਆਲਰੇਡੀ ਦੱਸ ਚੁੱਕਿਆ ਕਿ ਇਹ ਆਪਾਂ ਨੂੰ ਹੈਲਪ ਕਰਦੀ ਆ ਤਾਂ ਜੋ ਆਪਾਂ ਚੀਜ਼ਾਂ ਮੈਨੇਜ ਕਰ ਸਕੀਏ। ਕਿਉਂਕਿ ਮਨੀ ਇੱਕ ਇੱਦਾਂ ਦੀ ਚੀਜ਼ ਆ, ਕਈ ਕਹਿੰਦੇ ਇੰਪੋਰਟੈਂਟ ਹੈ, ਕਈ ਕਹਿੰਦੇ ਨਹੀਂ ਇੰਪੋਰਟੈਂਟ, ਬਟ ਇਨ ਦੀ ਐਂਡ ਸਾਰੀਆਂ ਚੀਜ਼ਾਂ ਦੇ ਆਲੇ ਦੁਆਲੇ ਘੁੰਮਦੀਆਂ, ਤੁਹਾਡੀ ਹੈਪੀਨੈਸ ਵੀ, ਤੁਸੀਂ ਕਿਹੜੀ ਚੀਜ਼ ਖਰੀਦ ਸਕਦੇ ਹੋ ਜਿਹਦੇ ਨਾਲ ਤੁਹਾਡੀ ਖੁਸ਼ੀ ਜੁੜੀ ਆ, ਭਾਵੇਂ ਪੈਸੇ ਨਾਲ ਡਾਇਰੈਕਟਲੀ ਨਹੀਂ ਜੁੜੀ, ਰਾਈਟ। ਹੁਣ ਜਿੱਦਾਂ ਮੇਰੇ ਕੇਸ, ਮੈਂ ਹੁਣ ਕੈਮਰਾ ਲੈਣ ਨੂੰ ਫਿਰਦਾ,
ਹੁਣ ਉਹ ਮੇਰੀ ਖੁਸ਼ੀ ਆ, ਖੁਸ਼ੀ ਮੇਰੀ ਕੈਮਰਾ, ਖੁਸ਼ੀ ਮੇਰੀ ਪੈਸਾ ਨਹੀਂ ਹੈਗੀ, ਬਟ ਉਹ ਆਉਣਾ ਤਾਂ ਮਨੀ ਨਾਲ ਹੀ ਆ, ਹੈ ਨਾ। ਸੋ ਉਹਨੂੰ ਮੈਂ ਕਿਵੇਂ ਮੈਨੇਜ ਕਰਾਂ, ਇਹ ਮੇਰੇ ਪਰ ਆ, ਰਾਈਟ। ਸੋ ਇਸ ਕਰਕੇ ਮਤਲਬ ਇਹ ਜ਼ਰੂਰੀ ਚੀਜ਼ ਆ ਸਮਝਣੀ ਜਦ ਤੁਸੀਂ ਇੱਧਰ ਆਓ, ਠੀਕ ਆ। ਔਰ ਦੂਜਾ ਪੁਆਇੰਟ ਆ ਕਿ ਇਹ ਡਿਫਰੈਂਟ ਕਿੱਦਾਂ ਹੁੰਦੀ ਆ ਹਰ ਇੱਕ ਬੰਦੇ ਲਈ। ਔਰ ਹੁਣ ਇਸ ਤੋਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਨਾ ਟਿਪੀਕਲ ਸੈੱਟ ਆਫ ਰੂਲਸ ਨਹੀਂ ਹੁੰਦੇ ਕਿ ਮੇਰੇ ਲਈ ਲੈਟਸ ਏ $500 ਆ, ਜਾਂ ਮੰਨ ਕੇ ਚੱਲੋ ਕਿ ਉਹ ਮੇਰੇ ਲਈ ਬਹੁਤ ਜ਼ਿਆਦਾ ਨੇ, ਬਟ ਐਟ ਦਾ ਸੇਮ ਟਾਈਮ ਕਿਸੇ ਲਈ ਉਹ ਕੁਛ ਵੀ ਨਹੀਂ ਹੋ ਸਕਦੇ, ਹੈ ਨਾ। ਸੋ ਉਸਦੀ ਮਨੀ ਮੈਨੇਜਮੈਂਟ ਚੀਜ਼ਾਂ ਅਲੱਗ ਹੋਣਗੀਆਂ ਮੇਰੇ ਨਾਲੋਂ। ਮੈਂ ਜਸਟ $500 ਨੂੰ ਮੈਨੇਜ ਕਰਨਾ, ਉਹ ਦੂਜਾ ਬੰਦਾ 1000 ਜਾਂ 2000 ਜਾਂ $5000 ਨੂੰ ਮੈਨੇਜ ਕਰ ਰਿਹਾ। ਸੋ ਓਬਵੀਅਸਲੀ ਸਾਡਾ ਕਿਤੇ ਨਾ ਕਿਤੇ ਦਾ ਫਰਕ ਹੋਊਗੀ। ਕੁਝ ਯੂਨੀਵਰਸਲ ਰੂਲ ਹੁੰਦੇ ਆ ਜੋ ਆਪਾਂ ਨੂੰ ਫੋਲੋ ਇੱਕ ਤਰ੍ਹਾਂ ਨਾਲ ਕਰਨੇ ਪੈਂਦੇ ਆ, ਕਹਿ ਸਕਦੇ ਹੋ ਕਿ ਉਹ ਸਾਰੇ 'ਤੇ ਲਾਗੂ ਹੁੰਦਾ, ਬਟ ਮੋਸਟਲੀ ਹਰ ਇੱਕ ਚੀਜ਼ ਪਰਸਨ ਟੂ ਪਰਸਨ ਵੇਰੀ ਕਰਦੀ ਆ, ਰਾਈਟ। ਹੁਣ ਇੱਕ ਇਸ ਦੀ ਹੋਰ ਐਗਜ਼ਾਮਪਲ ਦਿੰਦਾ ਕਿ ਇਹ ਗੱਲ ਆਉਂਦੀ ਆਪਣੇ ਸ਼ੌਂਕ 'ਤੇ ਜਾਂ ਆਪਣੀਆਂ ਹੋਬੀਜ਼ 'ਤੇ, ਰਾਈਟ। ਹੁਣ ਮੈਨੂੰ ਜ਼ਿਆਦਾ ਹੋਰ ਫਾਲਤੂ ਖਰਚੇ ਕਰਨ ਦਾ ਇੰਨਾ ਸ਼ੌਂਕ ਨਹੀਂ ਹੈਗਾ, ਠੀਕ ਆ। ਮੈਂ ਡਰਿੰਕ ਨਹੀਂ ਕਰਦਾ ਵੀ ਮਤਲਬ ਦੀ, ਮੇਰਾ ਕੋਈ ਹੋਰ ਡਰੱਗ ਡਰੁੱਗ ਨਹੀਂ ਕਰਦਾ। ਸੋ ਮੇਰੇ ਉਹ ਨਸ਼ੇ ਬਚਦੇ ਆ, ਮਤਲਬ ਨਸ਼ੇ ਬਚਦੇ ਨਹੀਂ ਸਿਰਫ ਪੈਸੇ ਬਚਦੇ ਆ, ਠੀਕ ਆ। ਸੋ ਹੁਣ ਕਈ ਅਤੇ ਮੈਂ ਉਹੀ ਆਪਣੇ ਰੂਮ ਪਰ ਲਾਤੇ। ਹੁਣ ਜੇ ਕਿਸੇ ਨੇ ਮੇਰੀ ਲਾਸਟ ਵਲੋਗ ਦੇਖੇ ਹੋਣ ਕਿ ਮੈਂ ਪਹਿਲਾਂ ਸ਼ੇਅਰਿੰਗ 'ਚ ਸੀਗਾ, ਅਤੇ ਉਸ ਤੋਂ ਬਾਅਦ ਮੈਂ ਹੁਣ ਇਹ ਰੂਮ 'ਚ ਆਇਆ, ਇਹ ਸਿੰਗਲ ਰੂਮ ਆ, ਹੈ ਨਾ, ਅਤੇ ਇੱਥੇ ਮੇਰਾ ਕਿਰਾਇਆ ਜ਼ਿਆਦਾ ਹੈ। ਹੁਣ ਟੈਕਨੀਕਲੀ ਅਗਰ ਮੈਂ ਮਨੀ ਦੇ ਪਰਸਪੈਕਟਿਵ ਦੇਖਾਂ ਤਾਂ ਉਹ ਅਸਲ 'ਚ ਮੈਨੂੰ ਉਹ ਸਸਤਾ ਪੈ ਰਿਹਾ ਸੀ, ਰਾਈਟ। ਬਟ ਉਹਦੇ ਨਾਲ ਆਪਣੀ ਪ੍ਰੈਫਰੈਂਸ ਵੀ ਆ ਜਾਂਦੀ ਹੈ ਕਿ ਆਪਾਂ ਕਿਹੜੀ ਚੀਜ਼ ਨੂੰ ਪ੍ਰੈਫਰ ਕਰਦੇ ਹਾਂ, ਉਸ ਥੋੜ੍ਹੀ ਜਿਹੀ ਮਨੀ ਦੇ ਉੱਪਰ ਆ, ਰਾਈਟ। ਹੁਣ ਜਿੱਦਾਂ ਮੈਂ ਆਲਰੇਡੀ ਦੱਸ ਰਿਹਾ ਸੀਗਾ ਕਿ ਕਈ ਬੰਦੇ ਉਹ ਰੂਮ ਪਰ ਤਾਂ ਕੰਜੂਸੀ ਕਰ ਲੈਂਦੇ ਆ, ਭਾਵੇਂ ਉਹਨਾਂ ਨੂੰ ਲੋੜ ਹੁੰਦੀ ਹੈ ਜਾਂ ਨਹੀਂ ਹੁੰਦੀ, ਉਹ ਮੈਂ ਚਲੋ ਆਰਗਿਊ ਨਹੀਂ ਕਰਦਾ। ਉਹਨਾਂ ਦਾ ਸਰਦਾ ਹੁੰਦਾ, ਮੇਰਾ ਮੈਨੂੰ ਜ਼ਰੂਰੀ ਸੀਗਾ ਇੱਦਾਂ ਸਿੰਗਲ ਰਹਿਣਾ, ਰਾਈਟ। ਸੋ ਉਹਨਾਂ ਦਾ ਕਿਤੇ ਨਾ ਕਿਤੇ ਸਰਦਾ ਹੁੰਦਾ, ਬਟ ਉਹੀ ਫਿਰ ਮੈਨੂੰ ਉਹ ਕਹਿਣਗੇ ਕਿ ਯਾਰ ਤੂੰ ਕਿੰਨਾ ਮਹਿੰਗਾ ਰੂਮ ਲਿੱਤਾ ਵਾ, ਹੈ ਨਾ। ਮੰਨ ਲਓ 300 ਦੇ ਕੇ ਰਹਿ ਰਹੇ ਅਤੇ ਮੈਂ ਹੁਣ 400 ਦੇ ਕੇ ਰਹਿ ਰਿਹਾ, ਸੋ ਡਾਇਰੈਕਟਲੀ $100 ਦਾ ਫਰਕ ਪੈ ਗਿਆ, ਹੈ ਨਾ। ਬਟ ਉਹੀ ਜਾਂ ਮੈਂ ਉਹਨਾਂ ਦਾ ਪੂਰਾ ਮੰਥ ਦੇਖਦਾ, ਉਹ ਕਦੇ ਟਿਮ 'ਤੇ ਕੁਛ ਫੜ ਕੇ ਖਾ ਰਹੇ ਹੁੰਦੇ ਆ, ਹੈ ਨਾ, ਕਦੇ ਹਰ ਦੂਜੇ ਦਿਨ ਕਦੇ ਕੁਛ ਕਰ ਰਹੇ ਹੁੰਦੇ ਆ, ਅਤੇ ਵੀਕਐਂਡ 'ਤੇ ਆ ਕੇ ਯੂਨੋ ਬੂਜ ਲੈ ਲੈਂਦੇ ਹਾਂ, ਦਾਰੂ ਲੈ ਲੈਂਦੇ ਹਾਂ, ਡਰਿੰਕ ਕਰ ਲੈਂਦੇ ਹਾਂ, ਇਹ ਸਭ ਚੀਜ਼ਾਂ, ਔਰ ਇਵੈਂਚੁਅਲੀ ਮਹੀਨੇ ਬਾਅਦ ਮੇਰੇ ਜਿੰਨੇ ਖਰਚਾ ਉਹਨਾਂ ਦਾ ਆ ਜਾਂਦਾ। ਸੋ ਮਤਲਬ ਉਹ ਵੀ ਹੁੰਦਾ ਕਿ ਫਰਕ ਹੁੰਦਾ ਤੁਹਾਡੀ ਪ੍ਰੈਫਰੈਂਸਿਸ ਕੀ ਨੇ, ਉਹ ਤੁਸੀਂ ਮਨੀ ਕਿੱਥੇ ਸਪੈਂਡ ਕਰ ਰਹੇ ਹੋ, ਕਿਹੜੀ ਚੀਜ਼ ਪੱਖੋਂ, ਰਾਈਟ। ਅਤੇ ਸੋ ਮਤਲਬ ਯਾ ਮਤਲਬ ਮੇਰੇ ਆਈ ਥਿੰਕ ਤੁਸੀਂ ਸਮਝ ਚੁੱਕੇ ਹੋਗੇ ਕਿ ਹਰ ਇੱਕ ਲਈ ਅਲੱਗ ਆ, ਅਤੇ ਆਪਾਂ ਹੁਣ ਉਹਨੂੰ ਸੈੱਟ ਕਿਵੇਂ ਕਰਨਾ, ਸੋ ਉਹ ਚੀਜ਼ ਆਪਾਂ ਦੇਖਦੇ ਹਾਂ, ਰਾਈਟ। ਅਤੇ ਯਾ ਸੋ ਬਸ ਇਸ 'ਚ ਇੰਨਾ ਕੁਛ ਹੈ ਨਹੀਂ, ਮੈਂ ਡਾਇਰੈਕਟਲੀ ਤੁਹਾਡੇ ਨਾਲ ਹੀ ਬੋਲ ਦਿੰਦਾ। ਸੋ ਹੁਣ ਜਿੱਦਾਂ ਮੈਂ ਆਪਣੇ ਰੂਮ ਦੀ ਐਗਜ਼ਾਮਪਲ ਦਿੱਤੀ, ਠੀਕ ਹੈ, ਇੱਕ ਐਗਜ਼ਾਮਪਲ ਤਾਂ ਇਹ ਹੋ ਗਈ ਕਿ ਸਭ ਤੋਂ ਪਹਿਲਾਂ ਗੱਲ ਤਾਂ ਆ ਗਈ ਪ੍ਰੈਫਰੈਂਸ ਦੀ, ਹੈ ਨਾ। ਸੋ ਹੁਣ ਮੰਨ ਲਓ ਆਪਾਂ GAC ਅਗਰ ਮੰਨ ਕੇ ਚੱਲੀਏ 650 ਕਾਉਂਦੀ ਆ, ਓਵਰਆਲ 700 ਮੰਨ ਕੇ ਚੱਲੋ, ਠੀਕ ਹੈ, ਕਿ ਤੁਹਾਡੇ ਕੋਲ ਹਰ ਮਹੀਨੇ $700 ਆਉਂਦਾ ਬੇਸਿਕ ਜੋ ਇੱਕ ਸਟੂਡੈਂਟ ਕੋਲ ਹੁੰਦਾ। ਇਹ ਮੈਂ ਇੱਧਰ ਇੰਟਰਨੈਸ਼ਨਲ ਸਟੂਡੈਂਟ ਦੇ ਬਿਹਾਫ 'ਤੇ ਗੱਲ ਕਰ ਲਵਾਂ। ਹੁਣ ਉਸ 'ਚੋਂ ਤੁਸੀਂ ਹਿਸਾਬ ਲਾ ਲਓ ਮੈਂ $400 ਰੈਂਟ ਹੀ ਪੇ ਕਰ ਰਿਹਾ, ਠੀਕ ਆ। ਹੁਣ ਮਨੀ ਪੱਖੋਂ ਦੇਖੀਏ ਕੋਈ ਵਧੀਆ ਚੀਜ਼ ਨਹੀਂ ਹੈਗੀ, ਮਤਲਬ ਮੇਰਾ ਜਸਟ $300 ਬਚਦਾ ਬਾਕੀ ਖਰਚਿਆਂ ਲਈ, ਔਰ ਮਤਲਬ ਮੈਂ 400 ਐਂ ਫੂਕ ਦਿੰਦਾ। ਮੈਂ 250 ਤੱਕ ਵਾਲੇ ਰੂਮ ਵੀ ਲੱਭ ਸਕਦਾ ਸੀਗਾ ਅਗਰ ਮੈਂ ਹੋਰ ਮਿਹਨਤ ਕਰਦਾ, 350 ਵਾਲਾ ਤਾਂ ਮੈਂ ਲੈ ਕੇ ਬੈਠੇ ਸੀ, ਜਾਂ 300 ਬਟ 250 ਮੇ ਵੀ ਉਸ 'ਚ ਮਿਲ ਜਾਂਦਾ ਜੇ ਕਿਸੇ ਮੁੰਡਿਆਂ ਨੇ ਘਰ ਲਿੱਤਾ ਹੁੰਦਾ, ਅਤੇ ਬਹੁਤ ਜ਼ਿਆਦਾ ਭਰ ਭਰ ਕੇ ਮੁੰਡੇ ਰਹਿ ਰਹੇ ਹੁੰਦੇ ਇੱਕ ਰੂਮ 'ਚ, ਤਿੰਨ ਤਿੰਨ ਚਾਰ, ਉੱਥੇ ਜਾ ਕੇ ਮੈਨੂੰ ਮਿਲ ਜਾਣਾ ਸੀ। ਬਟ ਉਹ ਉੱਥੇ ਫਿਰ ਮੈਂ $100 ਬਚਾ ਕੇ ਮੈਂ ਕੀ ਗਿਵ ਅਵੇ ਕਰਨਾ ਸੀਗਾ, ਆਪਣੀ ਪ੍ਰਾਈਵੇਸੀ, ਠੀਕ ਆ, ਅਤੇ ਬਾਕੀ ਚੀਜ਼ਾਂ, ਰਾਈਟ। ਹੁਣ ਉਰੇ ਆ ਜਿੱਦਾਂ ਮੈਂ ਸਿੰਗਲ ਰੂਮ ਲਿੱਤਾ ਹੈ, ਮੈਂ ਰਾਤ ਨੂੰ ਐਡੀਟਿੰਗ ਕਰਨੀ ਆ, ਮੈਂ ਉੱਠ ਕੇ ਜਦ ਮਰਜ਼ੀ ਕਰ ਸਕਦਾ ਬਿਨਾਂ ਕਿਸੇ ਨੂੰ ਡਿਸਟਰਬ ਕਰੇ। ਜਿੱਥੇ ਮੈਂ ਲਾਸਟ ਰਹਿੰਦਾ ਸੀ, ਮੁੰਡਾ ਉੱਥੇ ਕਾਫੀ ਸਪੋਰਟਿਵ ਸੀਗਾ, ਉਹਨੇ ਕਦੀ ਨਹੀਂ ਬੋਲਿਆ ਕਿ ਲਾਈਟ ਜਗਦੀ ਹੈ ਜਾਂ ਨਹੀਂ ਜਗਦੀ, ਬਟ ਉਹ ਖੁਦ ਨੂੰ ਹੁੰਦਾ ਯਾਰ ਕਿ ਕਿਉਂ ਆਪਾਂ, ਉਹ ਵੀ ਤਾਂ ਸਿਮਿਲਰ ਆਪਣੇ ਜਿੰਨਾ ਰੈਂਟ ਪੇ ਕਰਿਆ, ਆਪਾਂ ਕਿਉਂ ਉਹਨੂੰ ਡਿਸਟਰਬ ਕਰੀਏ। ਸੋ ਇੱਥੇ ਆਏ ਹਾਂ, ਸੋ ਇਹ ਚੀਜ਼ ਹੈ ਕਿ ਮੇਰੀ ਪ੍ਰੈਫਰੈਂਸ ਆ ਗਈ ਇਹ ਚੀਜ਼, ਰਾਈਟ। ਹੁਣ ਮਨੀ ਪੱਖੋਂ ਮੈਂ ਗਲਤ ਵੀ ਹੋ ਸਕਦਾ, ਅਗਰ ਮੈਂ ਫਾਈਨੈਂਸ਼ੀਅਲ ਉਸ ਪੱਖੋਂ ਦੇਖੀਏ ਮੈਂ ਗਲਤ ਵੀ ਹੋ ਸਕਦਾ, ਬਟ ਮੇਰਾ ਅਗਰ ਤੁਸੀਂ ਥੋਟਸ ਪੁੱਛੋ ਤਾਂ ਮੈਂ ਐਕਸਟ੍ਰੀਮਿਟੀ ਤੱਕ ਜਾ ਕੇ ਫੋਲੋ ਨਹੀਂ ਕਰਦਾ ਕੁਛ ਵੀ, ਹਰ ਇੱਕ ਚੀਜ਼ ਐਕਸਟ੍ਰੀਮ, ਰਾਈਟ। ਕਿਉਂਕਿ ਨਾ ਆਪਣੇ ਗੋਲਸ ਜਿਹੜੇ ਹੁੰਦੇ ਆ, ਮੰਨ ਲਓ ਕੋਈ ਵੀ ਤੁਹਾਡਾ ਗੋਲ ਆ ਕਿ ਤੁਸੀਂ ਕੋਈ ਕਾਰ ਲੈਣੀ ਆ ਇਨ ਫਿਊਚਰ ਜਾਂ ਕੁਛ ਵੀ ਚੀਜ਼ ਆ, ਹੁਣ ਅਗਰ ਲੈਟਸ ਸੇ ਤੁਸੀਂ ਉਹਦੇ ਲਈ ਸੇਵ ਕਰ ਰਹੇ ਹੋ ਮਨੀ, ਠੀਕ ਆ, ਹੁਣ ਉਹ ਤੁਹਾਡੇ ਪਰ ਤੁਸੀਂ ਕਿੰਨੀ ਐਕਸਟ੍ਰੀਮ ਤੱਕ ਜਾਣਾ। ਹੁਣ ਮੇਰੀ ਅਗਰ ਮੇਰੀ ਕਾਰ ਪੁੱਛੋ ਤਾਂ ਮੇਰੀ ਡਰੀਮ ਕਾਰ ਫਿਲਹਾਲ ਹੈਗੀ ਆ ਮਿਸਤੀਬੂਸ਼ੀ ਦੀ ਲੈਂਸਰ ਏਵੋਲਿਊਸ਼ਨ ਐਕਸ, ਠੀਕ ਆ, ਈਵੋ ਐਕਸ ਕਹਿ ਦਿੰਦੇ ਹਾਂ ਜਿਹਨੂੰ। ਔਰ ਮੈਂ ਵੈਸੇ ਵਾਲਪੇਪਰ ਵੀ ਇਸ 'ਤੇ ਉਹਦਾ ਹੀ ਲਾਇਆ ਵਾ, ਹੈ ਨਾ, ਇਹ ਤੁਸੀਂ ਦੇਖ ਸਕਦੇ ਜੇ ਤੁਹਾਨੂੰ ਦਿਖਿਆ, ਇਹ ਕਾਰ ਆ ਨਾ ਮੇਰੀ ਡਰੀਮ ਕਾਰ। ਹੁਣ ਮੈਂ ਇਹਦੇ ਲਈ ਸੇਵ ਕਰਨੀ ਆ ਮਨੀ, ਰਾਈਟ, ਪਰ ਉਹ ਮੇਰੇ ਪਰ। ਹੁਣ ਮੈਂ ਅਗਰ ਹੁਣ ਆਪਣੀਆਂ ਚੀਜ਼ਾਂ ਆਦਤਾਂ ਥੋੜ੍ਹੀਆਂ ਠੀਕ ਰੱਖੂੰਗਾ, ਜ਼ਿਆਦਾ ਅਗਰੈਸਿਵ ਹੋ ਜੂੰਗਾ ਕਿ ਮਨੀ ਹਰ ਇੱਕ ਜਗ੍ਹਾ ਬਚਾਉਣੀ ਹੈ ਬਚਾਉਣੀ ਹੈ ਬਚਾਉਣੀ ਹੈ, ਤਾਂ ਮੈਂ
उस चीज़ उस ड्रीम लिए तो छेती सेव कर लूँगा, बट जिहड़े मेरे आह साल 2 साल या 6 महीने जिन्ना टाइम भी टाइम लगेगा ये मेरे बिल्कुल एक्सट्रीम उस ते जाणगे कि मैं बिल्कुल ही सैक्रीफाइस करती अपनी हर एक चीज़ उस ड्रीम नूं पूरा करने लिए। बट हुण मैं इदा सोचदा नहीं, मैनूं ऐ हुंदा कि जब मैं अपने साल 2 साल बाद वापिस देखा तो मैनूं ये ना हो यार मैं किदां जी रहा सीगा। सो मेरे मैनूं ऐ हुंदा कि बैलेंस बना के चलो यार हर एक चीज़ का, इन्ना एक्सट्रीम तक भी ना पुश करो। डेफिनेटली कुछ चीज़ें सैक्रीफाइस करनियाँ पैनियाँ एक ड्रीम तक पहुँचने लिए, उन्हों करो, फालतू खर्चे बंद करो, है ना। तुम उदा कहने अभी सेव करने बट तुम हर दूजे दिन जाके टाइम तुम आप कह दें $1 की फर्क पैंता, बट तुम डेली भी है $1 की तो टाइम की कुछ भी नहीं आता, घट्टो घट्ट 2 का तो आ ही जाता टैक्स टूक्स पा के, है ना। सो $2 ला लो, तुम डेली भी कॉफ़ी पीने हो मतलब $50-$60 ला लो कितने नहीं गए महीने के, राइट। तो हुण उही उही तुसीं उहनूं वधिया पासे उहनूं सेव कर सकदे, तुसीं इह मन्न के चलो कि तुसीं सेव करने तो टीम वाले तुसीं अलग अपने जोड़ी जाओ, है ना। जां फिर कोई थोड़ा मतलब होवे उस चीज़ नूं पूरा करन दा, मतलब जिते यार सर सकदा उत्थे सारो। हुण मेरा जिद्दां दस्सिया इह मैनूं जरूरी सीगी इह चीज़, सो मैनूं पे करनी पैणे ते रेंट, ठीक है। तो बट उही मैं हुण बाकी चीज़ां पर मैं इहदे नाल जे मैं बाकी चीज़ां भी करां फिर मैं गलत आं, पर बाकी जगह मैं खर्चे करदा नहीं, कोई मेरा फालतू खर्चा नहीं हुंदा, ठीक है। मैं उत्थे सेव करदा ਤਾਂ ਜੋ ਮੈਂ ਕਦੇ ਨਾ ਕਦੇ ਆਪਣਾ ਡਰੀਮ ਪੂਰਾ ਕਰ ਸਕਾਂ, ਜਾਂ ਐਟਲੀਸਟ ਮੈਂ ਠੀਕ ਰਹਾਂ। ਹੁਣ ਜੇ ਮੈਂ ਰੂਮ ਦੇ ਨਾਲ ਨਾਲ ਬਾਕੀ ਵੀ ਖਰਚੇ ਕਰੂੰਗਾ ਤਾਂ ਮੇਰਾ ਸਾਰਾ ਕੁਛ ਹਿੱਲ ਜਾਣਾ, ਮਤਲਬ ਮੈਨੂੰ ਰੈਂਟ ਜੋਗੇ ਵੀ ਪੂਰੇ ਪੂਰੇ ਬਚੇ ਕਰਨਗੇ, ਠੀਕ ਆ। ਸੋ ਮਤਲਬ ਇਹ ਚੀਜ਼ਾਂ ਹੁੰਦੀਆਂ। ਔਰ ਸੋ ਯਾ ਆਪਾਂ ਐਕਸਟ੍ਰੀਮਿਟੀ ਦੀ ਗੱਲ ਕਰਦੇ ਸੀ ਕਿ ਮੈਨੂੰ ਇਹ ਹੁੰਦਾ ਕਿ ਬੈਲੈਂਸ ਬਣਾ ਕੇ ਚੱਲੋ ਹਰ ਇੱਕ ਚੀਜ਼ ਦਾ। ਹੁਣ ਇੱਕ ਹੋਰ ਐਗਜ਼ਾਮਪਲ ਔਰ ਇਹ ਗੱਡੀ ਵਾਲੀ, ਹੈ ਨਾ, ਮੋਸਟਲੀ ਪੁੱਛਦੇ ਹਾਂ ਕਿ ਮਹਿੰਗੀ ਗੱਡੀ ਲੈਣੀ ਚਾਹੀਦੀ ਹੈ ਕਿ ਨਹੀਂ। ਆਲ ਦੋ ਵੈਸੇ ਮੈਂ ਇਹ ਗੱਲ ਗੱਡੀ ਵਾਲੇ ਵਲੋਗ 'ਚ ਕਰਨੀ ਸੀ, ਬਟ ਚਲੋ ਹੁਣ ਫਾਈਨੈਂਸ ਨਾਲ ਰਿਲੇਟਡ ਆ, ਸੋ ਅੱਜ ਵੀ ਕਰ ਦਿੰਦਾ, ਥੋੜ੍ਹੀ ਬਹੁਤੀ ਕਰ ਦਿੰਦਾ, ਮੇਨਲੀ ਆਪਾਂ ਉਸ 'ਚ ਡਿਸਕਸ ਕਰਾਂਗੇ। ਗੱਡੀ ਯਾਰ ਮਹਿੰਗੀ ਆ ਸਸਤੀ ਲੈਣੀ ਮਾੜੀ ਨਹੀਂ। ਫਸਟ ਆਫ ਆਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ, ਠੀਕ ਆ। ਇੱਕ ਨੇ 15,000 ਵਾਲੀ ਗੱਡੀ ਲਿੱਤੀ ਆ, ਠੀਕ ਆ, ਔਰ ਦੂਜੇ ਨੇ 30,000 ਵਾਲੀ ਲਿੱਤੀ ਆ, ਠੀਕ ਆ। ਕਿਸ਼ਤਾਂ ਮੰਨ ਲਓ ਦੋਹਾਂ ਦੀ 5-5 ਸਾਲ ਦੀਆਂ, ਬਟ ਇੱਕ ਪਾਸੇ ਉਹਦਾ ਮਹੀਨੇ ਦਾ ਖਰਚਾ ਹੈਗਾ 400 ਔਰ ਦੂਜਾ ਦੇ ਰਿਹਾ 800 ਇੰਸ਼ੋਰੈਂਸ ਪਲੱਸ ਸਾਰਾ ਕੁਛ ਮਿਲਾ ਕੇ, ਹੈ ਨਾ। ਇੱਕ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਪਤਾ ਹੋਵੇ ਕਿ ਮੈਂ 400 ਕੱਢ ਲੈਣੇ ਆ ਜਾਂ ਗੱਡੀ ਨੇ ਮੈਨੂੰ ਦੇ ਦੇਣੇ ਆ ਸਾਰੇ ਖਰਚਿਆਂ ਤੋਂ ਬਾਅਦ, ਔਰ ਉਸ ਤੋਂ ਬਾਅਦ ਵੀ ਮੈਂ ਈਜ਼ੀ ਰਹੂੰਗਾ, ਰਾਈਟ। ਡੈਫੀਨੇਟਲੀ ਫਿਰ ਲੈ ਲਓ ਅਗਰ ਤੁਹਾਨੂੰ ਲੱਗਦਾ ਕਿ ਉਹ ਤੁਹਾਨੂੰ ਯੂਨੋ ਐਸੈਟ ਹੁੰਦੀ ਹੈ, ਇੱਕ ਲਾਇਬਿਲਟੀ ਹੁੰਦੀ ਹੈ। ਚਲੋ ਲੰਬੀਆਂ ਗੱਲਾਂ ਨੇ, ਕਿਸੇ ਹੋਰ ਉਸ 'ਚ ਕਰਾਂਗੇ, ਬਟ ਯਾਰ ਕਹਿਣ ਦਾ ਮੇਰਾ ਮੁੱਦਾ ਹੈ ਕਿ ਕੁਛ ਵੀ ਤੁਸੀਂ ਉਰੇ ਆ ਕੇ ਕਰਦੇ ਹੋ ਨਾ, ਤੁਸੀਂ ਆਪਾਂ ਨੂੰ ਉਰੇ ਆ ਕੇ ਸ਼ੋਪਿੰਗਾਂ ਦਾ ਬਹੁਤ ਹੁੰਦਾ, ਆਹ ਵੀ ਲੈ ਲਈਏ ਉਹ ਵੀ ਲੈ ਲਈਏ, ਚੀਜ਼ਾਂ ਲੈਣੀਆਂ ਮਾੜੀਆਂ ਨਹੀਂ, ਸ਼ੋਪਿੰਗ ਕਰਨੀਆਂ ਖੁੱਲ੍ਹ ਕੇ ਕਰੋ, ਠੀਕ ਹੈ। ਬਟ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਹੈਗੇ ਵੀ ਆ ਸ਼ੋਪਿੰਗ ਜੋਗੇ। ਹੁਣ $700 ਮੈਂ ਕਿਹਾ ਕਿ $700 ਜੀ ਆਈ ਸੀ ਆ, $400 ਤੁਹਾਡਾ ਰੈਂਟ ਚਲੇ ਗਿਆ, $150 ਦੀ ਗਰੋਸਰੀ ਚਲੇਗੀ, ਤੁਹਾਡਾ 550 ਤਾਂ ਮਤਲਬ ਫਿਕਸ ਹੈਗਾ ਹੀ ਹੈਗਾ, ਉਹ ਤਾਂ ਤੁਹਾਡੀ ਜੇਬ 'ਚੋਂ ਚਲੀ ਜਾਣਾ, ਔਰ $50 ਉੱਦਾਂ ਹੀ ਲਾ ਕੇ ਰੱਖੋ ਜਿਹੜੇ ਲੱਗਦੇ ਹੀ ਲੱਗਦੇ ਆ। ਸੋ $600 ਚਲੇਗੀ, ਸਿਰਫ $100 ਆ ਤੁਹਾਡੇ। ਹੁਣ ਕੀ ਤੁਸੀਂ ਉਸ 'ਚ ਸੇਵ ਕਰਨਾ ਜਾਂ ਆਹ ਉਟ ਪਟੰਗ ਚੀਜ਼ਾਂ 'ਤੇ ਲਾਉਣੇ ਆ, ਠੀਕ ਆ। ਸੋ ਇੱਕ ਇਹ ਚੀਜ਼ ਹੁੰਦੀ ਹੈ ਕਿ ਆਪਣੀਆਂ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਕਰੋ ਜੋ ਅਟਰ ਨਸੈਸਿਟੀ ਆ, ਕਿ ਜਿਸ ਚੀਜ਼ ਨੇ ਤੁਹਾਨੂੰ ਇਨ ਫਿਊਚਰ ਕੋਈ ਫਾਇਦਾ ਦੇਣਾ, ਤੁਹਾਡੇ ਫਿਊਚਰ ਰਿਲੇਟਡ ਚੀਜ਼ ਆ। ਹੁਣ ਮੈਨੂੰ ਆ ਰੂਮ ਮੇਰੇ ਫਿਊਚਰ ਰਿਲੇਟਡ ਕਿਤੇ ਨਾ ਕਿਤੇ ਫਾਇਦਾ ਦੂਗਾ, ਮੈਂ ਵੀਡੀਓਜ਼ ਇੱਦਾਂ ਬੈਠ ਕੇ ਬਣਾ ਰਿਹਾ, ਮੈਨੂੰ ਫਾਇਦਾ ਦੇ ਰਹੀ ਆ, ਹੈ ਨਾ। ਸੋ ਉਹ ਚੀਜ਼ਾਂ ਕਰੋ, ਬਟ ਉਹਦੇ ਨਾਲ ਵੀ ਬੈਲੈਂਸ ਵੀ ਬਣਾ ਕੇ ਚੱਲੋ, ਇੰਨਾ ਐਕਸਟ੍ਰੀਮ ਪੁਸ਼ ਨਾ ਕਰੋ, ਠੀਕ ਆ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਤੁਸੀਂ ਘਰ 'ਚ ਔਖੇ ਹੋ ਕੇ ਰਹਿ ਰਹੇ ਹੋ ਕਿ ਆਪਾਂ ਪੈਸੇ ਬਚਾਉਣੇ ਆ, ਬਟ ਵੀਕਐਂਡ 'ਤੇ ਤੁਸੀਂ, ਹੈ ਨਾ, ਦਾਰੂਆਂ ਪੀ ਰਹੇ ਹੋ ਜਾਂ ਹੋਰ ਮਤਲਬ ਗੱਲੋਂ, ਹੈ ਨਾ, ਚੀਜ਼ਾਂ ਕਰਦੇ ਹੋ ਕਿ ਤੁਸੀਂ ਉੱਥੇ ਪੈਸੇ ਡਾ ਦਿੰਦੇ ਹੋ, ਫਿਰ ਉਹ ਬੈਲੈਂਸ ਨਹੀਂ ਹੁੰਦਾ। ਸੋ ਉਹ ਚੀਜ਼ਾਂ ਘਟਾਓ, ਉਹਦੇ ਨਾਲੋਂ ਰੂਮ ਮਹਿੰਗਾ ਲੈ ਲਓ, ਥੋੜ੍ਹਾ ਜਿਹਾ ਵਧੀਆ ਲਾਈਫ ਜੀਓ, ਹੈ ਨਾ, ਵਧੀਆ ਖਾਣਾ ਪੀਣਾ ਖਾਓ, ਵਧੀਆ ਢੰਗ ਨਾਲ ਜੀਓ। ਸੋ ਇੱਕ ਬੈਲੈਂਸ ਬਣਾ ਕੇ ਚੱਲੋ ਤਾਂ ਕਿ ਤੁਸੀਂ ਡ੍ਰੀਮ ਵੀ ਪੂਰਾ ਕਰ ਲਓ ਆਪਣਾ, ਔਰ ਤਾਂ ਜੋ ਉਸ ਤੋਂ ਬਾਅਦ ਤੁਸੀਂ 6 ਮਹੀਨੇ ਜਾਂ ਸਾਲ ਬਾਅਦ ਆਪਣੀ ਲਾਈਫ ਨੂੰ ਪਿੱਛੋਂ ਦੇਖੋ, ਤੁਸੀਂ ਇਹ ਨਾ ਕਹੋ ਯਾਰ ਵੀ ਮੇਰੇ ਉਹ ਸਾਲ ਖਰਾਬ ਗਏ ਨੇ ਕਿ ਮੈਂ ਉਸ 'ਚ ਕੁਛ ਵੀ ਨਹੀਂ ਇੰਜੋਏ ਕੀਤਾ ਜਾਂ ਕੁਛ ਵੀ। ਸੋ ਇੱਕ ਬੈਲੈਂਸ ਬਣਾ ਕੇ ਚੱਲੋ, ਇੰਨਾ ਐਕਸਟ੍ਰੀਮ ਹੋਣਾ ਵੀ ਜ਼ਰੂਰੀ ਨਹੀਂ। ਸੋ ਮਤਲਬ ਮੈਂ ਇਸ ਵੀਡੀਓ ਰਾਹੀਂ ਬੇਸਿਕਲੀ ਇਹ ਸਮਝਾਉਣਾ ਚਾਹੁੰਦਾ, ਰਾਈਟ। ਆਈ ਹੋਪ ਜੋ ਮੈਸੇਜ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ, ਔਰ ਮੈਂ ਜ਼ਿਆਦਾ ਆਫ ਟੋਪਿਕ ਨਹੀਂ ਗਿਆ ਹੋਊਗਾ। ਬਾਕੀ ਮੈਂ ਵੀ ਸਿੱਖ ਰਿਹਾ ਜੀ ਇਹ ਚੀਜ਼ਾਂ। ਸੋ ਹੌਲੀ ਹੌਲੀ ਘੱਟ ਲੈਂਥ 'ਚ, ਮਤਲਬ ਛੋਟੀ ਵੀਡੀਓ 'ਚ ਜ਼ਿਆਦਾ ਇਨਫੋਰਮੇਸ਼ਨ ਪਾਉਣ ਦੀ ਟਰਾਈ ਕਰੂੰਗਾ, ਹਜੇ ਥੋੜ੍ਹਾ ਜਿਹਾ ਆਫ ਟੋਪਿਕ ਚਲੇ ਜਾਂਦਾ। ਸੋ ਬਸ ਜੀ ਫਿਲਹਾਲ ਲਈ ਇੰਨਾ ਹੀ ਇਹ ਵੀਡੀਓ 'ਚ। ਅਗਰ ਤੁਹਾਨੂੰ ਮੇਰੇ ਥੋਟਸ ਠੀਕ ਲੱਗੇ ਜਾਂ ਤੁਹਾਨੂੰ ਲੱਗਿਆ ਕਿ ਮੇਰੇ ਥੋਟਸ ਤੁਹਾਡੇ ਨਾਲ ਮਿਲਦੇ ਆ, ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ, ਔਰ ਥੰਬਸ ਅਪ ਕਰਿਓ ਅਗਰ ਲੱਗਦਾ ਨਹੀਂ ਮਿਲਦੇ ਇੰਨਾ ਚੀਜ਼ਾਂ ਨਹੀਂ ਹੁੰਦੀਆਂ, ਫਿਰ ਵੀ ਕਮੈਂਟ ਸੈਕਸ਼ਨ 'ਚ ਮੈਨੂੰ ਦੱਸਿਓ, ਮੈਂ ਸਾਰੇ ਕਮੈਂਟ ਪੜ੍ਹਦਾ, ਹੈ ਨਾ। ਅਤੇ ਮੈਂ ਜ਼ਰੂਰ ਸਿੱਖੂੰਗਾ ਅਗਰ ਮੇਰੇ ਕੋਈ ਸਿੱਖਣ ਲਾਇਕ ਚੀਜ਼ ਹੋਈ। ਅਤੇ ਅਗਰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਸ਼ੇਅਰ ਕਰਿਓ ਵੱਧ ਤੋਂ ਵੱਧ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ, ਹੈ ਨਾ, ਨਵੇਂ ਸਟੂਡੈਂਟਸ ਨਾਲ ਜਾਂ ਕੋਈ ਵੀ ਤੁਹਾਡਾ ਜਿਹਨੂੰ ਤੁਹਾਨੂੰ ਲੱਗਦਾ ਵੀਡੀਓ ਦੇਖਣੀ ਚਾਹੀਦੀ ਆ, ਉਹਨੂੰ ਪਤਾ ਲੱਗ ਗਿਆ ਕਿ ਇੱਦਾਂ ਚੀਜ਼ਾਂ ਵਰਕ ਕਰਦੀਆਂ।
ਔਰ ਇਸਦਾ ਸੈਕਿੰਡ ਪਾਰਟ ਵੀ ਬਣਾਵਾਂਗੇ ਜਿਸ 'ਚ ਥੋੜ੍ਹਾ ਡੀਪ 'ਚ ਜਾਵਾਂਗੇ, ਐਸਿਡ ਜਾਂ ਲਾਇਬਿਲਿਟੀ ਜੋ ਵੀ ਚੀਜ਼ਾਂ ਨੇ ਉਹ ਗੱਲ ਕਰਾਂਗੇ, ਠੀਕ ਆ। ਸੋ ਫਿਲਹਾਲ ਲਈ ਜੀ ਦੋ ਇਜਾਜ਼ਤ, ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ। ਟਿਲ ਦੈਨ ਟੇਕ ਕੇਅਰ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਬਾਏ।